ਅੱਜ ਸ਼ੁੱਕਰਵਾਰ ਤਰੀਕ ਨੀ ਭਲਾ ਦੋ ਕਿਸੇ ਦੇ ਘਰੋਂ ਫੜ ਰਿਹਾ ਵਾ ਤੇ ਕਾਫੀ ਜ਼ਿਆਦਾ ਇਹ ਵਿਉਂਗ ਦੇ ਵਿੱਚ ਸੱਪ ਆ ਤੇ ਬਿਲਕੁਲ ਹੀ ਤੁਸੀਂ ਇਹ ਚੀਜ਼ਾਂ ਦੇਖ ਰਹੇ ਜੇ ਮੇਰੇ ਕੋਲ ਲਗਭਗ 1700 ਬਣੀ ਆਪਣੀ ਮਤਲਬ ਹੱਥਾਂ ਦੇ ਨਾਲ ਫੜਦਾ ਵਾ ਤੇ ਲਾਈਫ ਦੇ ਡੇਲੀ ਬਿਨਾ ਨਾਗਾ ਅਸੀਂ ਰਿਸਕ ਲੈ ਕੇ ਕੰਮ ਕਰਦੇ ਹਾਂ ਮਤਲਬ ਲੋਕਾਂ ਦੇ ਘਰਾਂ ਚ ਸੱਪ ਫੜਦੇ ਆ ਮੇਰਾ ਯੂਟਿਊਬ ਤੇ ਚੈਨਲ ਆ ਨਾਥ ਕੇਤ ਭਾਈ ਸਪੇਸ ਬਿਲਕੁਲ ਨਹੀਂ ਦੇਣੀ ਮੇਰੀ ਸੱਪ ਫੜਦੇ ਨੇ ਲਗਭਗ ਬਹੁਤ ਜ਼ਿਆਦਾ ਜਿਹੜੀਆਂ ਵੀਡੀਓ ਆ ਉਹ ਸ਼ੋ ਹੋ ਜਾਣਗੀਆਂ ਤੇ ਇਹ ਚੀਜ਼ਾਂ ਨੂੰ ਕੋਈ ਫੜਦਾ ਕੋਈ ਨੋਰਮਲੀ ਗੱਲ ਨਹੀਂ ਹੁੰਦੀ ਕਾਫੀ ਜ਼ਹਿਰੀਲੀਆਂ ਇਹ ਚੀਜ਼ਾਂ ਹੁੰਦੀਆਂ ਵਾ ਮੈਂ ਸੱਪ ਇਕੱਠੇ ਦੀ ਕਾਫੀ ਤਰ੍ਹਾਂ ਦੀ ਲੋਕਾਂ ਨੂੰ ਦੇਸੀ ਦਵਾਈ ਜਿਹੜੀ ਆ ਉਹ ਬਣਾਉਣੀ ਸਿਖਾਉਂਦਾ ਹੀ ਰਹਿੰਦਾ ਵਾ ਤੇ ਮੇਰਾ ਨੰਬਰ 95-92-99-63-35 ਜੇ ਕੋਈ ਬੰਦਾ ਨਹੀਂ ਸੱਪ ਮਾਰਨਾ ਚਾਹੁੰਦਾ ਮੈਨੂੰ ਨੇੜੇ ਸਵੇਰੇ 1 ਵਜੇ 2 ਵਜੇ ਜਦੋਂ ਮਰਜ਼ੀ ਯਾਦ ਕਰੇ ਮੈਂ ਉਹ ਸੱਪ ਫੜਾਂਗਾ ਤੇ ਖਾਲੀ ਨਾਮ ਵੇਖ ਕੇ ਛੱਡ ਦਾਂਗਾ ਮੇਰਾ ਇੱਕ ਯੂਟਿਊਬ ਤੇ ਚੈਨਲ ਜੇ ਨਾਥ ਕੇਤ ਭਾਈ ਲਗਭਗ ਮੇਰੇ ਕੋਲ 1700 ਜਿਹੜੀ ਵੀਡੀਓ ਆ ਇਸ ਟਾਈਮ ਆਪਣੀ ਹੈਗੀ ਆ ਤੇ ਡੇਲੀ ਸੱਪ ਵਗੈਰਾ ਫੜੀ ਰਿਹਾ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਿਓ ਤੇ ਵੀਡੀਓ ਲਾਈਕ ਸ਼ੇਅਰ ਤੇ ਸੈਂਡ ਜ਼ਰੂਰ ਕਰਿਓ ਤੇ ਮੈਂ ਹੁਣ ਸੱਪ ਖਾਲੀ ਥਾਂ ਵੇਖ ਕੇ ਮਤਲਬ ਛੱਡਣ ਲੱਗਾ ਵਾ ਕਿਸੇ ਬਾਲਟੀ ਵਗੈਰਾ 'ਚ ਪਾ ਲਿਆ ਮੈਂ ਇਹਨੂੰ ਸੱਪਾਂ ਦੇ ਪਿੱਛੇ ਫਨੀਅਰ ਸੱਪ ਕਹਿੰਦੇ ਆ ਇਹਦੇ ਵਿੱਚ ਨੀਰੋਟੋਕਸੀ ਜ਼ਹਿਰ ਹੁੰਦਾ ਵਾ ਜਿਹੜਾ ਮਤਲਬ ਕਾਫੀ ਜ਼ਿਆਦਾ ਜ਼ਹਿਰੀਲਾ ਜ਼ਹਿਰ ਹੁੰਦਾ ਵਾ ਇਹ ਪੰਜਾਬ ਦੇ ਗਿਣੇ ਚੁਣੇ ਸੱਪ ਜ਼ਹਿਰੀਲਿਆਂ ਦੇ ਵਿੱਚ ਵਾ ਇਹਨੂੰ ਆਪਾਂ ਨੋਰਮਲ ਵਗੈਰਾ ਸੱਪ ਨਹੀਂ ਕਹਿ ਸਕਦੇ ਫਿਰ ਵੀ ਅਸੀਂ ਬਹੁਤ ਫੜਦੇ ਹਾਂ ਤੇ ਛੱਡਦੇ ਹਾਂ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਮੇਰਾ ਚੈਨਲ ਲਾਈਕ ਸ਼ੇਅਰ ਸੈਂਡ ਕਰੋ ਠੀਕ ਆ ਜੀ ਓਕੇ ਸਰ